ਅੰਮ੍ਰਿਤਸਰ ਦੇ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਵੱਲੋਂ ਅੱਜ ਸੋਨੂੰ ਮੋਨੂੰ ਦਾ 9ਵਾਂ ਜਨਮ ਦਿਨ ਮਨਾਇਆ ਗਿਆ। ਸੋਨੂੰ ਮੋਨੂੰ ਦੋ ਜਿਸਮ ਅਤੇ ਇੱਕ ਜਾਨ ਨੇ, ਉਹ ਬਚਪਨ ਤੋਂ ਹੀ ਆਪਸ ਵਿੱਚ ਜੁੜੇ ਹੋਏ ਨੇ। ਪਿੰਗਲਵਾੜਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਵੱਲੋਂ ਸੋਨੂੰ ਮੋਨੂੰ ਤੋਂ ਕੇਕ ਕਟਵਾ ਕੇ ਉਹਨਾਂ ਦਾ ਜਨਮ ਦਿਨ ਮਨਵਾਇਆ ਗਿਆ। ਅਸੀਂ ਦੋ ਜਿਸਮ ਅਤੇ ਇੱਕ ਜਾਨ ਹੋਣ ਦੀ ਗੱਲ ਅਕਸਰ ਹੀ ਕਿਸੇ ਕਹਾਣੀਆਂ ਦੇ ਵਿੱਚ ਸੁਣਦੇ ਰਹਿੰਦੇ ਹਾਂ। ਦੋ ਪਿਆਰ ਦੇ ਪੰਛੀਆਂ ਵੱਲੋਂ ਕਹੇ ਗਏ ਇਹ ਲਫ਼ਜ਼ ਸੁਣਨ ਦੇ ਵਿੱਚ ਤਾਂ ਬਹੁਤ ਹੀ ਚੰਗੇ ਲੱਗਦੇ ਨੇ, ਪਰ ਜੇਕਰ ਕਿਸੇ ਦੇ ਨਾਲ ਅਸਲੀਅਤ ਵਿੱਚ ਅਜਿਹਾ ਹੋ ਜਾਵੇ ਤਾਂ ਉਸ ਇਨਸਾਨ ਦਾ ਕੁਦਰਤ ਦੇ ਇਸ ਕਹਿਰ ਦੇ ਨਾਲ ਜੀਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਹੀ ਦੋ ਬੱਚੇ ਅੰਮ੍ਰਿਤਸਰ ਵਿੱਚ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਵਿੱਚ ਮੌਜੂਦ ਨੇ, ਜੋ ਕੁਦਰਤ ਦੇ ਇਸ ਕਹਿਰ ਦਾ ਭਾਰ ਸਿਰਫ ਦੋ ਲੱਤਾਂ 'ਤੇ ਹੀ ਚੱਲ ਰਹੇ ਨੇ। ਪਰ ਇਸ ਦੇ ਬਾਵਜੂਦ ਵੀ ਇਹ ਦੋਵੇਂ ਆਪਣੀ ਜ਼ਿੰਦਗੀ ਆਮ ਵਾਂਗ ਬਤੀਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਵਿੱਚ ਸੋਨੂੰ ਮੋਨੂੰ ਨਾਂ ਦੇ ਇਹਨਾਂ ਬੱਚਿਆਂ ਦੀ ਪਿੰਗਲਵਾੜਾ ਸੰਸਥਾ ਵੱਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਸੋਨੂੰ ਮੋਨੂੰ ਦਾ 9ਵਾਂ ਜਨਮ ਦਿਨ ਮਨਾਇਆ ਗਿਆ, ਜਿਸ ਵਿੱਚ ਪਿੰਗਲਵਾੜਾ ਦੇ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ। ਸੋਨੂੰ ਮੋਨੂੰ ਬਚਪਨ ਤੋਂ ਹੀ ਕੁਦਰਤੀ ਤੌਰ 'ਤੇ ਆਪਸ ਵਿੱਚ ਜੁੜੇ ਹੋਏ ਨੇ, ਜਿਸ ਕਾਰਨ ਉਹਨਾਂ ਦੇ ਮਾਂ ਪਿਓ ਨੇ ਉਹਨਾਂ ਨੂੰ ਜਨਮ ਸਮੇਂ ਇਸ ਰੂਪ ਵਿੱਚ ਸਵੀਕਾਰ ਨਹੀਂ ਕੀਤਾ। ਜਦ ਇਸ ਬਾਰੇ ਇੱਕ ਅਖ਼ਬਾਰ ਵਿੱਚ ਖਬਰ ਛਾਪੀ ਗਈ ਤਾਂ ਫਰੀਦਾਬਾਦ ਦੇ ਰਹਿਣ ਵਾਲੇ ਇੱਕ ਦਰਿਆ ਦਿਲ ਇਨਸਾਨ ਗੁਰਦਿਆਲ ਸਿੰਘ ਦੋਵਾਂ ਬੱਚਿਆਂ ਨੂੰ ਅਪਣਾ ਕੇ ਇੱਥੇ ਲੈ ਆਏ। ਪੈਦਾ ਹੋਏ, ਲੇਡੀ ਹਾਰਡਿੰਗ 'ਚ ਪੈਦਲ ਹੋਏ ਸੀ। ਉਸ ਤੋਂ ਬਾਅਦ ਇੱਕ ਨੂੰ ਸਾਹ ਠੀਕ ਨਹੀਂ ਸੀ ਆ ਰਿਹਾ, ਉਹਦਾ ਰੰਗ ਨੀਲਾ ਹੋ ਗਿਆ, ਤਾਂ ਇਹਨਾਂ ਨੂੰ ਏਮਸ ਵਿੱਚ ਸ਼ਿਫਟ ਕੀਤਾ ਗਿਆ। ਉੱਥੇ ਥੋੜ੍ਹੀ ਦੇਰ ਬਾਅਦ ਇਹਨਾਂ ਦੇ ਮਾਤਾ ਪਿਤਾ ਨੇ ਕਹਿਤਾ ਵੀ ਅਸੀਂ ਨਹੀਂ ਲਿਜਾ ਸਕਦੇ। ਇਹ ਅਖ਼ਬਾਰ ਵਿੱਚ ਖਬਰ ਆਈ ਹਿੰਦੁਸਤਾਨ ਟਾਈਮਸ ਵਿੱਚ। ਗੁਰਦਿਆਲ ਸਿੰਘ ਫਰੀਦਾਬਾਦ ਜੀ ਨੇ ਫੋਨ ਕੀਤਾ ਮੈਨੂੰ ਵੀ ਇਸ ਤਰ੍ਹਾਂ ਬੱਚੇ ਜਿਹੜੇ ਨੇ ਅਬੰਡਨ ਹੋ ਗਏ ਆ ਅਤੇ ਆਪਾਂ ਇਹਨਾਂ ਨੂੰ ਲੈ ਸਕਦੇ ਹਾਂ ਪਿੰਗਲਾ ਸੰਸਥਾ ਵਿੱਚ। ਮੈਂ ਕਿਹਾ ਵੀ ਜੇ ਅਬੰਡਨ ਮਤਲਬ ਵਾਰਸਾਂ ਦਾ ਤਾਂ ਅਸੀਂ ਵਾਰਸ ਹੈ ਪਿੰਗਲਵਾੜਾ, ਅਤੇ ਜੇ ਬਾਕੀ ਲਵਾਰਸ ਹੋ ਗਿਆ ਤਾਂ ਅਸੀਂ ਇਹਨਾਂ ਨੂੰ ਲੈ ਸਕਦੇ ਹਾਂ। ਇੱਕ ਤਾਂ ਇਹਨਾਂ ਦਾ ਜਨਮਦਿਨ ਮਨਾਇਆ, ਦੂਸਰੀ ਪਿੰਗਲਾ ਸੰਸਥਾ 'ਚ ਅਸੀਂ ਸਕੂਲ ਚਲਾ ਰਹੇ ਹਾਂ। ਉਹਨਾਂ ਪਰਿਵਾਰਾਂ ਦੇ ਬੱਚੇ ਜਿੰਨਾ ਜਿਹੜੇ ਕਿ ਬਹੁਤ ਗਰੀਬ ਹੈ, ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ, ਪਿੰਗਲਾ ਸੰਸਥਾ ਇੱਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹੈ, ਜਿਹਦੇ ਵਿੱਚ ਇਹ ਬੱਚੇ ਪੜ੍ਹਦੇ ਆ। ਇਹਨਾਂ ਦੀ ਕੋਈ ਫੀਸ ਨਹੀਂ ਲੱਗਦੀ, ਕਿਤਾਬਾਂ ਕਾਪੀਆਂ ਵੀ ਪਿੰਗਲਾ ਸੰਸਥਾ ਵੱਲੋਂ ਦਿੱਤੀਆਂ ਜਾਂਦੀਆਂ, ਹੁਣ ਸਰਕਾਰ ਵੱਲੋਂ ਮਿਡ ਡੇ ਮੀਲ ਵੀ ਇਹਨਾਂ ਨੂੰ ਮਿਲਦਾ। ਹੁਣ ਭਗਤ ਪੂਰਨ ਸਿੰਘ ਪਿੰਗਲਵਾੜਾ ਹੀ ਸੋਨੂੰ ਮੋਨੂੰ ਦਾ ਘਰ ਹੈ ਅਤੇ ਇੱਥੇ ਹੀ ਉਹ ਆਪਣੀ ਜ਼ਿੰਦਗੀ ਦੀਆਂ ਛੋਟੀਆਂ ਮੋਟੀਆਂ ਖੁਸ਼ੀਆਂ ਪਿੰਗਲਵਾੜਾ ਦੇ ਸੇਵਕਾਂ ਅਤੇ ਆਪਣੇ ਦੋਸਤਾਂ ਦੇ ਨਾਲ ਸਾਂਝੀਆਂ ਕਰਦੇ ਨੇ। ਅੰਮ੍ਰਿਤਸਰ ਤੋਂ ਕੈਮਰਾਮੈਨ ਸਿਕੰਦਰ ਅਤੇ ਰਾਜਨ ਗੋਸਾਈ ਦੇ ਨਾਲ ਸੁਪ੍ਰੀਤ ਸਿੰਘ ਕਾਲੋਂ, ਡੇ ਐਂਡ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।